वाहे गुरु जी का खालसा, वाहे गुरु जी की फतेह। संग्राम दे पावन दिहाड़े ते हर रोज की तरह आज भी शाम के विशेष दीवाना में आप जी सतसंग के रूप के एकत्र होए जुड़ बैठे हो। सतगुरां की रहमत सदका भागा भरिया समा प्राप्त होया। एक एक पल एक एक घड़ी गुरु प्रेम दे विच सफली बनाइए। चल रहे इतिहास के पावन प्रसंगां दे विचों आप जी ने सरवण किया। परिपूर्ण परमात्मा गुरु नानक साहिब जी महाराज इराक की धरती शहर बगदाद विच बैठे ने। अमृत वेले का समय जो मुसलमान लोग हमाम दे लई पुजे नहाउण लई आए, गुरु पातशाह ने शब्द गायन किया। रबाब दियां धुनां ते पाताला पाताल लख आगास आगास ओड़क ओड़क भाल थके, वेद कहन एक बात सहस अठारह कहन कतेबा असलू एक दात। लेखा हुए ता लिखी है लिख है हुए विड़ास, नानक वड्डा आखी है आपे जाने आप। इन्हां वचनां नूं जदों मुसलमानां ने सुनिया, पीर दस्तगीर दे मुरीदां ने सुनिया, सुन के बड़ा अचंभा होया। कहिंदे फकीर झूठ बोलदा है, ए फकीर ना समझी दीआं गल्लां करदा है। कुरान विच सत पताल ते सत ही आकाशां दा ही जिक्र है। चल के अपने पीर दस्तगीर कोले आए जो इस देश दा माई बाप सब कुछ ही है। आखण लगे हजरत हिंदुस्तान तो आया होया एक फकीर अमृत वेले बैठ के कुफर तोलन लगा होया झूठ बोलता है। वो कहिंदा लखां पताल ने ते लखां ही आकाश ने। दूजी गल तुसी सानू कुरान पढ़ के सुनाया ते असी भी पढ़े है, उहदे विच सत पताल ते सत ही आकाशां दा जिक्र, ये तो वध नहीं। तीजा ਉਹ ਫਕੀਰ ਹਿੰਦ ਦੀ ਧਰਤੀ ਤੋਂ ਚੱਲ ਕੇ ਆਇਆ ਤੇ ਇੱਥੇ ਆ ਕੇ ਰਾਗ ਵਿਦਿਆ ਵਿੱਚ ਉਹ ਸ਼ਬਦ ਗਾਉਂਦਾ ਹੈ, ਸੰਗੀਤ ਵਜਾ ਰਿਹਾ। ਹੁਣ ਇਰਾਕ ਦੀ ਧਰਤੀ ਤੇ ਅਰਬ ਦੇ ਵਿੱਚ ਸੰਗੀਤ ਵਜਾਉਣਾ ਜੁਰਮ ਸੀ। ਜਦੋਂ ਇਹ ਸਭ ਕੁਝ ਸੁਣਿਆ ਦਸਤਗੀਰ ਪੀਰ ਬੜਾ ਹੈਰਾਨ ਹੋਇਆ, ਐਡੀ ਹਿਮਾਕਤ ਕਿਹਨੇ ਕੀ? ਮੇਰੇ ਇਸ ਦੇਸ਼ ਵਿੱਚ ਮੇਰੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਝੂਲਦਾ ਤੇ ਕੋਈ ਹਿੰਦ ਦਾ ਫਕੀਰ ਆ ਕੇ ਇੱਥੇ ਰਾਗ ਗਾਵੇ ਤੇ ਕੁਰਾਨ ਦੀ ਇੱਥੇ ਆ ਕੇ ਤੋਹੀਨ ਕਰੇ? ਕਦਾ ਚਿੱਤ ਬਰਦਾਸ਼ਤ ਨਹੀਂ। ਇਹਨਾਂ ਸਾਰੇ ਪ੍ਰਸੰਗਾਂ ਨੂੰ ਆਪ ਜੀ ਨੇ ਬੜੇ ਪ੍ਰੇਮ ਸਹਿਤ ਸਰਵਣ ਕੀਤਾ। ਆਓ ਸੁਰਤ ਨੂੰ ਲੈ ਕੇ ਚੱਲੀਏ ਬਗਦਾਦ ਦੀ ਧਰਤੀ ਤੇ। ਪ੍ਰੇਮ ਦੀ ਪਾਓ ਸਾਂਝ, ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਿਨ ਪ੍ਰਤ ਤੇਜ ਹੋਏ ਲੱਗ ਜਾਈ, ਜੇ ਨਾ ਤਿਦਾਰਕ ਦੇਹੋਂ
ਜਿਸ ਤਾਈ ਪੀਰ ਹਜ਼ਰਤ ਦਸਤਗੀਰ ਜੋ ਇਸਲਾਮ ਦੇ ਵਿੱਚ ਬਹੁਤ ਵੱਡਾ ਰੁਤਬਾ ਰੱਖਦੇ ਜਿਨ੍ਹਾਂ ਦਾ ਹੁਕਮ ਇਰਾਕ ਦੇ ਵਿੱਚ ਬਗਦਾਦ ਦੇ ਵਿੱਚ ਸਾਰਿਆਂ ਤੋਂ ਸਰਵੋਤਮ ਮੰਨਿਆ ਜਾਂਦਾ ਹੈ ਖੁਦਾ ਦਾ ਪੁੱਤਰ ਉਹਨੂੰ ਮਰੀਦ ਤੇ ਮੁਸਲਮਾਨ ਕਹਿੰਦੇ ਨੇ ਪੀਰ ਜੀ ਕਹਿਰ ਹੋ ਗਿਆ ਜੇ ਅੱਜ ਉਹਨਾਂ ਹਿੰਦ ਦੇ ਪੀਰਾਂ ਨੂੰ ਫਕੀਰਾਂ ਨੂੰ ਤੁਸੀਂ ਤਦਾਰਕ ਸਜ਼ਾ ਨਾ ਦਿੱਤੀ ਕੱਲ੍ਹ ਕੋਈ ਹੋਰ ਆ ਕੇ ਵੀ ਇਸਲਾਮ ਦਾ ਨਿਰਾਦਰ ਕਰੇਗਾ ਅੱਜ ਉਹਨਾਂ ਨੇ ਕੁਰਾਨ ਨੂੰ ਛੋਟਾ ਕਰਤਾ ਕੁਰਾਨ ਸ਼ਰੀਫ ਨੇ ਸੱਤ ਪਤਾਲ ਤੇ ਸੱਤ ਆਕਾਸ਼ਾਂ ਦਾ ਜ਼ਿਕਰ ਕੀਤਾ ਉਹ ਲੱਖਾਂ ਦੀ ਗੱਲ ਕਿਵੇਂ ਕਰਦੇ ਆ ਇਹ ਸੁਣ ਕੇ ਹਜ਼ਰਤ ਨੂੰ ਗੁੱਸਾ ਆ ਗਿਆ ਆਉਣਾ ਵੀ ਕਿਉਂ ਇੱਕ ਤੇ ਸੁਣਿਆ ਇਸਲਾਮ ਦਾ ਨਿਰੰਦਰ ਦੂਜਾ ਰਾਗ ਵਿਦਿਆ ਤੇ ਤੀਜਾ ਪੀਰ ਦੇ ਹੁਕਮ ਦੀ ਉਲੰਘਣਾ ਹੈ ਦਸਤਗੀਰ ਕਹਿੰਦੇ ਜੀ ਇਹਨੂੰ ਜਦੋਂ ਤੱਕ ਸਜ਼ਾ ਨਹੀਂ ਤੁਸੀਂ ਦਿੰਦੇ ਉਦੋਂ ਤੱਕ ਲੋਕਾਂ 'ਚ ਮਿਸਾਲ ਨਹੀਂ ਬਣਦੀ ਅੱਜ ਇੱਕ ਨੂੰ ਸਜ਼ਾ ਮਿਲ ਜੂ ਤੇ ਕੱਲ੍ਹ ਕੋਈ ਦੂਜਾ ਪੀਰ ਫਕੀਰ ਹਿੰਮਤ ਨਹੀਂ ਕਰੇਗਾ ਅੱਗੇ ਐਸੀ ਸਜ਼ਾ ਦਿਓ ਹਿੰਦ ਤੱਕ ਕੂਕਾਂ ਪੈਣ ਹਿੰਦੁਸਤਾਨ ਦੇ ਲੋਕ ਇਹ ਗਲਤੀ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣ ਇਸ ਫਕੀਰ ਨੇ ਕੁਫਰ ਉਚਾਰਾ ਲਾਇਕ ਹੈ ਸਜਾਏ ਇਹੋ ਭਾਰਾ ਤੇ ਮੌਲਵੀ ਮੁੱਲਾ ਤੇ ਕਾਜੀ ਸਾਰੇ ਬੁਲਾਏ ਗਏ ਆਖਣ ਲੱਗੇ ਪੀਰ ਸਾਹਿਬ ਹੁਕਮ ਕਰੋ ਇਹ ਫਕੀਰ ਸਜ਼ਾ ਦੇ ਹੱਕਦਾਰ ਨੇ ਦਸਤਗੀਰ ਸੁਣ ਕੇ ਗੁੱਸੇ ਵਿੱਚ ਆਏ ਕਹਿੰਦੇ ਸਜ਼ਾ ਕੀ ਦਈਏ ਮਿਸਾਲ ਹੋਵੇ ਕਹਿੰਦੇ ਜੀ ਸਜ਼ਾ ਏ ਮੌਤ ਤੇ ਚਾਹੀਦੀ ਘੱਟ ਤੋਂ ਘੱਟ ਅੱਜ ਇਹ ਫਕੀਰ ਸਾਧ ਮਾਰੇ ਜਾਣਗੇ ਨਾ ਕੱਲ੍ਹ ਨੂੰ ਕੋਈ ਆ ਕੇ ਜ਼ੁਰਤ ਨਹੀਂ ਕਰੂ ਕੋਈ ਬਾਜਾ ਜਾਂ ਰਬਾਬ ਚੁੱਕ ਕੇ ਆ ਕੋਈ ਇੱਥੇ ਆ ਕੇ ਇਸਲਾਮ ਤੋਂ ਵੱਡੀ ਗੱਲ ਕਰ ਸਕੇ ਐਸੀ ਸਜ਼ਾ ਦੇ ਦਿਓ ਆਖਿਰਕਾਰ ਪੀਰ ਦਸਤਗੀਰ ਕਹਿੰਦਾ ਮੇਰਾ ਹੁਕਮ ਹੈ ਸਜ਼ਾ ਦੇ ਲਈ ਪਰ ਫਤਵਾ ਜਾਰੀ ਕੀਤਾ ਜਾਵੇ ਫਤਵਾ ਜਾਰੀ ਕੌਣ ਕਰਦੇ ਆ ਉਸ ਵੇਲੇ ਦੇ ਕਾਜ਼ੀ ਲੋਕ ਜੱਜ ਕਹਿ ਲਓ ਜਜਮੈਂਟ ਦਿੱਤੀ ਉਹਨਾਂ ਵੀ ਫੈਸ ਬਹੁਤ ਬਣਦੇ ਆ ਇੱਕ ਕੁਰਾਨ ਸ਼ਰੀਫ 'ਤੇ ਅਟੈਕ ਵੱਡੀ ਗੱਲ ਕਰਕੇ ਉਹ ਵੀ ਇਸ ਧੜੇ 'ਚ ਆ ਕੇ ਥਾਂ 'ਤੇ ਆ ਕੇ ਫਿਰ ਸਵੇਰੇ ਸਵੇਰੇ ਰਾਗ ਵਜਾਉਂਦੇ ਆ ਅਤੇ ਫਿਰ ਕੁਫਰ ਬੋਲਦੇ ਆ ਕੁਫਰ ਮਤਲਬ ਝੂਠ ਜਦੋਂ ਸੱਤ ਪਤਾਲਾਂ 'ਤੇ ਆਕਾਸ਼ਾਂ ਤੋਂ ਵੱਡੀ ਦੁਨੀਆ ਹੈ ਹੀ ਨਹੀਂ ਲੱਖਾਂ ਦਾ ਜ਼ਿਕਰ ਕਰ ਇਹ ਗੁੰਮਰਾਹ ਕਰਦੇ ਨੇ ਕੱਲ੍ਹ ਨੂੰ ਚਾਰ ਮੁਸਲਮਾਨ ਹੋਰ ਪ੍ਰਭਾਵਿਤ ਹੋ ਜਾਣਗੇ ਉਹਨਾਂ ਦੇ ਮਨ 'ਚ ਸ਼ੰਕਾ ਆ ਜੂਗਾ ਸ਼ਾਇਦ ਖੁਦਾ ਨੇ ਲੱਖਾਂ ਪਤਾਲ ਆਕਾਸ਼ ਬਣਾਏ ਕੁਰਾਨ 'ਚ ਝੂਠਾ ਲਿਖਿਆ ਸਜ਼ਾ ਦਿੱਤੀ ਜਾਵੇ ਕਹਿੰਦੇ ਕਿੰਨੇ ਫਕੀਰ ਨੇ ਕਹਿੰਦੇ ਤਿੰਨ ਤਿੰਨਾਂ ਨੂੰ ਮੌਤ ਦੇ ਘਾਟ ਹੀ ਉਤਾਰ ਦਿਓ ਜੋ ਇਸ ਕੋ ਬਰ ਜੋ ਨਹੀਂ ਅਬ ਹੀ ਮੁਸਲਮਾਨ ਕਾਫਰ ਅੱਜ ਜੇ ਆਪਾਂ ਇਹਨਾਂ ਨੂੰ ਟਾਲ ਦਿੱਤਾ ਫਕੀਰ ਕਹਿ ਕੇ ਤਰਸ ਕੀਤਾ ਨਾ ਅੱਜ ਤੇ ਇਹ ਕਾਫਰ ਨੇ ਕੱਲ੍ਹ ਨੂੰ ਸਾਡੇ ਮੁਸਲਮਾਨਾਂ ਨੂੰ ਕਾਫਰ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਕਾਫਰ ਕੌਣ ਹੈ ਬੇਈਮਾਨ ਬੰਦੇ ਨੂੰ ਕਾਫਰ ਕਹਿੰਦੇ ਆ ਜਿਹੜਾ ਰੱਬ ਦੇ ਨਿਜ਼ਮ ਤੋਂ ਉਲਟ ਜਾਂਦਾ ਝੂਠ ਬੋਲਦਾ ਰੱਬ ਸੱਚ ਹੈ ਕੁਫਰ ਝੂਠ ਹੈ ਕੁਫਰ ਬੋਲਣ ਵਾਲਾ ਕਾਫਰ ਹੈ ਇਸੇ ਲਈ ਇਸਲਾਮ ਦੇ ਲੋਕ ਦੂਜੇ ਨੂੰ ਕਾਫਰ ਕਹਿ ਦਿੰਦੇ ਆ ਜਿਹੜਾ ਭਗਤੀ ਨਹੀਂ ਕਰਦਾ ਇਸਲਾਮ ਦੇ ਮੁਤਾਬਕ ਨਹੀਂ ਚੱਲਦਾ ਜਦੋਂ ਸਾਰੀ ਸਭਾ ਨੇ ਇੱਕੋ ਗੱਲ ਕੀਤੀ ਪੀਰ ਦਸਤਗੀਰ ਨੇ ਸੋਚ ਲਿਆ ਫੈਸਲਾ ਦੇ ਰਹੇ ਵੀ ਮੈਂ ਮਿਲ ਕੇ ਕੀ ਲੈਣਾ ਕਿਉਂਕਿ ਇਸਲਾਮ ਦੇ ਵਿੱਚ ਜਿਹਨੂੰ ਸਜ਼ਾ ਦਿੱਤੀ ਜਾਂਦੀ ਹੈ ਉਹ ਤੋਂ ਖੁਆਹਿਸ਼ ਨਹੀਂ ਪੁੱਛੀ ਜਾਂਦੀ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਵੀ ਫਤਵਾ ਲੱਗਿਆ ਪਰ ਉਹਨਾਂ ਨੂੰ ਜ਼ਿੰਦਗੀ ਬਚਾਉਣ ਦਾ ਇੱਕੋ ਲਾਲਚ ਦਿੱਤਾ ਗਿਆ ਸੀ ਵੀ ਜੇ ਤੁਸੀਂ ਡੋਲੇ ਰੱਖ ਲਓ ਇਸਲਾਮ ਚੱਲ ਲਓ ਇਹ ਤੋਂ ਵੱਧ ਤਾਂ ਕੋਈ ਆਪਸ਼ਨ ਨਹੀਂ ਸੀ ਪਰ ਇੱਥੇ ਤੇ ਆਪਸ਼ਨ ਵੀ ਕੋਈ ਨਹੀਂ ਦਿੱਤੀ ਵੀ ਇਹਨਾਂ ਨੇ ਤੋਹੀਨ ਕੀਤੀ ਨਿਰਾਦਰ ਕੀਤਾ ਹੈ ਮੌਤ ਦੇ ਘਾਟ ਉਤਾਰ ਦਫ਼ਨ ਜਿਉਂਦੇ ਕਰ ਦਿਓ ਪੱਥਰ ਦਿੱਤਾ ਕਹਿੰਦੇ ਕਿਸੇ ਇੱਕ ਮਰੀਦ ਨੇ ਵੀ ਉੱਠ ਕੇ ਹਾਂ ਦਾ ਨਾਰਾ ਨਹੀਂ ਮਾਰਿਆ ਕਿਸੇ ਨੇ ਫਕੀਰਾਂ ਦੇ ਹੱਕ ਵਿੱਚ ਕੋਈ ਬਚਨ ਨਹੀਂ ਬੋਲਿਆ ਦਸਤਗੀਰ ਸੁਣ ਕੇ ਅਸ ਚਿਹਰਾ ਮਨ ਮੈਂ ਕੀਨੋ ਕ੍ਰੋਧ ਕਨੇਰਾ ਦਸਤਗੀਰ ਕ੍ਰੋਧ ਦਾ ਭਰਿਆ ਹੋਇਆ
ਸੁਭਾਵਿਕ ਗੱਲ ਹੈ ਜੀ, ਜਦੋਂ ਆਪਣੇ ਧਰਮ 'ਤੇ ਗੱਲ ਆਏ ਗੁੱਸਾ ਸਭ ਨੂੰ ਆਉਂਦਾ। ਪਰ ਇਹ ਅਲੱਗ ਗੱਲ ਆ ਵੀ ਮੁਰੀਦਾਂ ਨੂੰ ਸਮਝ ਨਹੀਂ ਸੀ, ਉਹਨਾਂ ਆਪਣੀ ਸਮਝ ਦੇ ਮੁਤਾਬਕ ਆਪਣੇ ਪੀਰ ਨੂੰ ਭੜਕਾ ਦਿੱਤਾ। ਅੱਗੋਂ ਪੀਰ ਨੇ ਵੀ ਆਪਣੇ ਚਮਚਿਆਂ ਚੇਲਿਆਂ 'ਤੇ ਭਰੋਸਾ ਕੀਤਾ, ਉਹ ਕਰਾਮਾਤੀ ਹੈ, ਉਹਦੀ ਵੀ ਹਉਮੈ ਨੂੰ ਸੱਟ ਵੱਜੀ ਹੈ ਵੀ ਮੇਰੇ ਦੇਸ਼ ਵਿੱਚ ਮੇਰੇ ਇਲਾਕੇ ਵਿੱਚ ਕੋਈ ਮੇਰੇ ਹੁਕਮ ਦੀ ਤੋਹੀਨ ਕਰੇ, ਮੈਂ ਕਹਿੰਦਾ ਸੱਤ ਪਤਾਲ ਕਾਸ਼ੋ, ਕਹਿੰਦੇ ਲੱਖਾਂ। ਹੁਣ ਆਪ ਤੋਂ ਵੱਡੀ ਗੱਲ ਕਰਨ ਵਾਲੇ ਨੂੰ ਅੱਜ ਵੀ ਕੋਈ ਬਰਦਾਸ਼ਤ ਨਹੀਂ ਕਰਦਾ। ਸਾਡੇ ਪਰਿਵਾਰ ਵਿੱਚੋਂ ਹੀ ਕੋਈ ਸਾਡੇ ਸਾਹਮਣੇ ਬੋਲਣ ਲੱਗ ਜਾਏ ਨਾ, ਸਿਆਣਾ ਬਣ ਜਾਏ, ਪਰਿਵਾਰ ਸੋਚਦਾ ਇਹ ਬੰਦਾ ਸਾਡੇ ਲਾਇਕ ਨਹੀਂ। ਪਸੰਦ ਕਿਹੜਾ? ਜਿਹੜਾ ਚਮਚਾਗਿਰੀ ਕਰੇ, ਪਾਣੀ ਭਰੇ, ਜੀ ਜੀ ਕਰਦਾ ਰਹੇ, ਗਲਤ ਹੋ ਕੇ ਅੰਦਰ ਬਹਿ ਕੇ ਰੋ ਲਵੇ ਪਰ ਸਾਹਮਣੇ ਮਾਫ਼ੀ ਮੰਗੇ, ਲੋਕ ਉਹਨੂੰ ਪਸੰਦ ਕਰਦੇ, ਜੀ ਹਜ਼ੂਰੀ ਕਰ। ਪਰ ਪੀਰ ਦਸਤਗੀਰ ਦਾ ਬਚਨ ਵਾਪਸ ਨਹੀਂ ਹੋ ਸਕਦਾ ਜਦ ਉਹਨੇ ਹੁਕਮ ਕ੍ਰੋਧ ਵਿੱਚ ਜਾ ਕੇ ਕਰਤਾ ਵੀ ਫਕੀਰ ਮਰੇ ਹੋਣੇ ਚਾਹੀਦੇ ਆ, ਮੈਨੂੰ ਮੁਰਦਾ ਚਾਹੀਦੇ, ਜਿਉਂਦੇ ਨੇ। ਇੱਕ ਵਾਰ ਵੀ ਨਹੀਂ ਕਿਹਾ ਮੇਰੇ ਸਾਹਮਣੇ ਪੇਸ਼ ਕਰ ਦਿਓ, ਮੈਂ ਗੱਲ ਕਰਕੇ ਪੁੱਛਾਂ ਵੀ ਤੁਸੀਂ ਇਹ ਕਿਉਂ ਕਿਹਾ। ਅਪੀਲ ਕੋਈ ਨਹੀਂ, ਅੱਜ ਦਲੀਲ ਕੋਈ ਨਹੀਂ। ਆਏ ਸੋ ਸਗਰੇ ਨਗਰ ਪਠਾਏ, ਸੰਗ ਸਾਰ ਤਿਸ ਕਰੀਏ ਜਾਈ। ਹੁਕਮ ਕੀ ਹੋਇਆ? ਸਾਰੇ ਦੇਸ਼ ਨੂੰ ਸ਼ਹਿਰ ਨੂੰ ਹੁਕਮ ਕੀਤਾ ਵੀ ਜਿੰਨੇ ਲੋਕ ਆਪਣੇ ਆਪਣੇ ਘਰਾਂ 'ਚ ਨੇ, ਘਰਾਂ 'ਚੋਂ ਨਿਕਲੋ, ਪੱਥਰ ਚੱਕੋ, ਜਿਉਂਦੇ ਫਕੀਰਾਂ ਦੇ ਉੱਤੇ ਸੰਗ ਸਾਰ ਕਰ ਦਿਓ, ਮਤਲਬ ਪੱਥਰਾਂ ਦੀ ਮਾਰ ਮਾਰੋ, ਨੁਕੀਲੇ ਪੱਥਰ ਜਿਉਂਦਿਆਂ ਦੇ ਮਾਰ ਲਓ। ਅਤੇ ਇਸਲਾਮ ਦੇ ਵਿੱਚ ਸਜ਼ਾਵਾਂ ਆਮ ਨੇ, ਅੱਧਾ ਬੰਦੇ ਨੂੰ ਧਰਤੀ ਵਿੱਚ ਗੱਡ ਦਿੱਤਾ ਜਾਂਦਾ, ਉੱਤੋਂ ਪੱਥਰਾਂ ਦੀ ਮਾਰ ਮਾਰੀ ਜਾਂਦੀ ਹੈ। ਇਹ ਨੋਰਮਲ ਅਰਬ ਦੇ ਵਿੱਚ ਅੱਜ ਵੀ ਐਸੀ ਸਜ਼ਾ ਦਿਓ ਬੰਦਾ ਸਹਿਮ ਸਹਿਮ ਕੇ ਮਰੇ, ਵੀ ਸਾਰੇ ਦੇ ਸਾਰੇ ਸ਼ਹਿਰ ਨੇ ਬੈਠੇ ਫਕੀਰਾਂ 'ਤੇ ਪੱਥਰ ਮਾਰਨੇ। ਜੇ ਹੁਣ 10,000 ਬੰਦੇ ਨੇ ਪੱਥਰ ਮਾਰਿਆ ਤਾਂ ਪੱਥਰਾਂ ਥੱਲੇ ਕਬਰ ਬਣ ਜਾਣੀ, ਢੇਰ ਲੱਗ ਜਾਣਾ, ਕਿਹਨੇ ਹਾਲ ਪੁੱਛਣਾ? ਕਹਿੰਦੇ ਹੁਕਮ ਹੋ ਗਿਆ, ਸਮਾਂ ਨਿਯਤ ਕੀਤਾ ਗਿਆ ਦੁਪਹਿਰ ਦਾ, ਵੀ ਦੁਪਹਿਰ ਵੇਲੇ ਉੱਥੇ ਬੈਠਿਆਂ ਨੂੰ ਹੀ ਪੱਥਰਾਂ ਦੀ ਮਾਰ ਮਾਰੋ। ਸਭ ਚੱਲ ਜਾਓ ਨਾ ਲਾਵੋ ਦੇਰਾ, ਹੁਕਮ ਭੰਗ ਕੀਨੋ ਤਿੰਨ ਮੇਰਾ। ਤੇ ਪੀਰ ਦਸਤਗੀਰ ਕਹਿੰਦਾ ਮੇਰਾ ਹੁਕਮ ਭੰਗ ਕੀਤਾ ਉਹਨਾਂ ਤੋੜਿਆ, ਤੁਸੀਂ ਅੱਗੇ ਜਾਓ, ਮਤਲਬ ਇਹ ਪਾਪ ਧਰਮ ਦੇ ਠੇਕੇਦਾਰ ਕਰਨਗੇ ਅੱਗੇ, ਧਰਮ ਦੇ ਮੋਢੀ ਜਦੋਂ ਇਹ ਜਾ ਕੇ ਸ਼ੁਰੂਆਤ ਕਰਨਗੇ ਤੇ ਬਾਕੀ ਤੇ ਫਿਰ ਭੇਡ ਚਾਲ ਹੀ ਆ ਨਾ। ਅੱਜ ਵੀ ਪਖੰਡ ਕਿਹਨੂੰ ਕਹਿੰਦੇ ਆ? ਜਿਸ ਕਰਮ ਨੂੰ ਧਰਮ ਦੇ ਲੋਕ ਅੱਗੇ ਹੋ ਕੇ ਹੁੱਬ ਕੇ ਕਰਨ। ਇੱਕ ਵਾਰ ਤੁਸੀਂ ਕਿਸੇ ਦਰਖਤ ਨੂੰ ਮੱਥਾ ਟੇਕ ਦਿਓ, ਤੁਹਾਡੇ ਨਾਲ ਜਿੰਨੇ ਤੁਰੇ ਫਿਰਦੇ ਸਾਰੇ ਟੇਕੀ ਜਾਂਦੇ ਆ, ਕਿਸੇ ਨੇ ਨੀ ਪੁੱਛਣਾ ਇੱਥੇ ਕੀ ਹੋਇਆ, ਕਹਿੰਦੇ ਭਾਈ ਸਾਹਿਬ ਨੇ ਮੱਥਾ ਟੇਕਿਆ, ਬਾਬਾ ਜੀ ਨੇ ਮੱਥਾ ਟੇਕਿਆ, ਕੋਈ ਤੇ ਗੱਲ ਹੋਣੀ ਇੱਥੇ, ਭੇਡ ਜਾਲ ਹੈ। ਹੁਣ ਹੁਕਮ ਹੋ ਗਿਆ ਦਸਤਗੀਰ ਪੀਰ ਦਾ, ਕਿਸੇ ਨੇ ਫਕੀਰਾਂ ਦਾ ਗੁਨਾਹ ਨਹੀਂ ਵੇਖਿਆ, ਉਹਨਾਂ ਦੀ ਹਾਲਤ ਨਹੀਂ ਵੇਖੀ, ਉਹਨਾਂ ਨੂੰ ਸਵਾਲ ਨਹੀਂ ਪੁੱਟ ਕੀਤਾ। ਹੁਕਮ ਹੋਇਆ, ਕਹਿੰਦੇ ਲੋਕਾਂ ਨੇ ਘੇਰਾ ਪਾ ਲਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਭਾਈ ਮਰਦਾਨਾ ਜੀ ਕਹਿੰਦੇ, ਸੱਚੇ ਪਾਤਸ਼ਾਹ ਲੱਗਦਾ ਲੋਕ ਉਪਦੇਸ਼ ਸੁਣਨ ਆਏ ਨੇ। ਗੁਰੂ ਸਾਹਿਬ ਹੱਸ ਕੇ ਕਹਿੰਦੇ ਮਰਦਾਨੇ ਇਹਨਾਂ ਦੇ ਹੱਥਾਂ 'ਚ ਵੇਖ ਲਾ ਉਪਦੇਸ਼ ਕੀ ਆ, ਸਤਨਾਮ ਤੇ ਪੱਥਰ ਚੱਕੀ ਫਿਰਦੇ ਆ। ਇਹੋ ਜਿਹਾ ਕਿਹੜਾ ਬੰਦਾ ਸਾਧੂ ਨੂੰ ਮਿਲਣ ਚੱਲਿਆ ਤੇ ਪੱਥਰ ਲੈ ਕੇ ਚੱਲੇ, ਉੱਥੇ ਝੋਲੀ ਪੱਥਰ ਪਾਉਣ ਆਏ ਆ। ਪੱਥਰ ਦੇ ਸ਼ਹਿਰਾਂ ਵਿੱਚ ਪੱਥਰਾਂ ਤੋਂ ਬਿਨਾਂ ਪੱਥਰ ਦੇ ਲੋਕਾਂ ਕੋਲ ਹੋਏਗਾ ਨਹੀਂ। ਹੁਕਮ ਕਿਹਨੇ ਕੀਤਾ? ਜਿਹਨੂੰ ਲੋਕ ਖੁਦਾ ਦਾ ਦਰਜਾ ਦਿੰਦੇ ਆ, ਹਜ਼ਰਤ ਪੀਰ ਦਸਤਗੀਰ ਕਹਿੰਦੇ ਆ, ਉਹ ਆਪ ਵੀ ਉਸੇ ਪਾਸੇ ਚੱਲ ਪਿਆ। ਹੋਵੇ ਹਜ਼ੂਰ ਜਿਨ ਕੀਨ ਦਿਠਾਏ, ਦੂਰ ਭਏ ਤੇ ਕਸ ਡਰ ਪਾਏ। ਕਹਿੰਦੇ ਲੋਕ ਦੂਰ ਦੂਰ ਖੜ ਕੇ ਜੀ ਚੌ ਤਰਫਾ ਘੇਰਾ ਪਾ ਲਿਆ। ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਬਾਲਾ ਤੇ ਮਰਦਾਨਾ ਜੀ ਬੈਠ ਵਿੱਚ ਬੈਠੇ। ਭਾਈ ਮਰਦਾਨਾ ਕਹਿੰਦਾ ਬਾਬਾ ਅੱਜ ਤਾਂ ਨਹੀਂ ਬਚਦੇ, ਭੱਜਣ ਨੂੰ ਵੀ ਰਾਹ ਨਹੀਂ, ਇੱਥੇ ਤੇ ਕੰਮ ਹੋਰ ਹੋ ਗਿਆ, ਆਪਾਂ ਤੇ ਗੱਲਾਂ ਕਰਦੇ ਸੀ ਰੱਬ ਦੀਆਂ, ਇਹਨਾਂ ਨੂੰ ਰੱਬ ਵੀ ਰਾਸ ਨਹੀਂ ਆਇਆ, ਗੁਰੂ ਸਤਨਾਮ ਉਹ ਵੀ ਰਾਸ ਨਹੀਂ ਆਇਆ। ਗੁਰੂ ਸਾਹਿਬ ਨੇ ਇਸ ਸ਼ਬਦ ਵਿੱਚ ਅਕਾਲ ਪੁਰਖ ਦਾ ਹੀ ਤੇ ਜ਼ਿਕਰ ਕੀਤਾ ਹੈ। ਲੇਖਾ ਹੋਏ ਤਾਂ ਲਿਖੀ ਆ, ਲਿਖਿਆ ਹੋਏ ਵਿਨਾਸ, ਨਾਨਕ ਵੱਡਾ ਆਖੀ ਹੈ ਆਪੇ ਜਾਣਿਆ, ਵੀ ਵੱਡਾ ਤੇ ਉਹੀ ਹੈ। ਪਰ ਇਸਲਾਮ ਦੇ ਲੋਕਾਂ ਨੂੰ ਰਾਸ ਨਹੀਂ ਆਇਆ ਵੀ ਇਹਨਾਂ ਲੱਖਾਂ ਪਤਾਲਾਂ ਦਾ ਜ਼ਿਕਰ ਕਰਦਾ, ਲੱਖਾਂ ਆਕਾਸ਼ਾਂ ਦਾ ਜ਼ਿਕਰ ਕਰਦਾ, ਕਿਵੇਂ ਹੋ ਸਕਦਾ?
ਤੇ ਅੱਜ ਦੇ ਸਮੇਂ ਅਤਕਥਨੀ ਨਹੀਂ ਹੈ। ਦੁਨੀਆ ਵੇਖ ਰਹੀ ਹੈ, ਅੱਜ ਦਾ ਵਿਗਿਆਨ, ਅੱਜ ਦਾ ਸਾਇੰਸ ਰਿਸਰਚ ਤੇ ਇੱਥੇ ਤੱਕ ਪਹੁੰਚ ਗਿਆ ਵੀ ਲੱਖਾਂ ਪਤਾਲ ਆਕਾਸ਼ ਪਤਾ ਨਹੀਂ ਕਹਿੰਦੇ ਗਿਣਤੀ ਕੋਈ ਨਹੀਂ। ਪਰ ਉਸ ਵੇਲੇ ਘੇਰਾ ਪੈ ਗਿਆ, ਸਜ਼ਾਏ ਮੌਤ ਦਾ ਐਲਾਨ ਹੋ ਗਿਆ। ਪਹਿਲੇ ਪੱਥਰ ਕਾਜ਼ੀ ਲੋਕਾਂ ਨੇ ਮਾਰਨੇ, ਜਿਹੜੇ ਜੱਜ ਨੇ, ਫਿਰ ਮੁਰੀਦ ਨੇ, ਅਤੇ ਫਿਰ ਨਾਲ ਖੜ ਗਏ ਆ ਕੇ ਪੀਰ ਦਸਤਗੀਰ, ਅਤੇ ਬਾਕੀ ਤਾਂ ਭੇਡ ਚਾਲੀ ਆ ਉਹਨਾਂ ਨੇ। ਅਤੇ ਫਿਰ ਉਹੀ ਕੰਮ ਕਰਨਾ ਜਿਹੜੇ ਧਰਮ ਦੇ ਪੈਗੰਬਰ ਕਰਦੇ ਆ, ਜੋ ਪੈਰੋਕਾਰ ਕਰਦੇ ਨੇ। ਇਹ ਬਗਦਾਦ ਜੋ ਤਾਨ ਮਹਾਨਾ ਸ਼ਬਦ ਪੜਿਆ ਘੇਰਾ ਪੈ ਗਿਆ। ਸਤਿਗੁਰੂ ਕਹਿੰਦੇ ਮਰਦਾਨਿਆ, ਇਹ ਇਸਲਾਮ ਦਾ ਵੱਡਾ ਟਿਕਾਣਾ ਹੈ, ਇਹ ਅਰਬ ਦੇਸ਼ ਹੈ, ਇੱਥੇ ਗੈਰ ਮੁਸਲਿਮ ਦੇਖਣ ਦੇ ਵਿੱਚ ਵੀ ਲੋਕ ਅਚੰਭਾ ਮੰਨਦੇ ਵੀ ਕਿੱਥੋਂ ਆ ਗਿਆ। ਉਹਨਾਂ ਸਮਿਆਂ 'ਚ ਨਾ ਕੋਈ ਹਿੰਦੂ ਕੋਈ ਬੋਧੀ ਨਹੀਂ ਸੀ ਜਾਂਦਾ, ਇਸਲਾਮਿਕ ਕੰਟਰੀ ਸੀ। ਚਲੋ ਅੱਜ ਦੇ ਸਮੇਂ 'ਤੇ ਟੂਰਿਜ਼ਮ ਹੱਬ ਨੇ, ਇਰਾਕ ਹੋ ਗਿਆ, ਇਰਾਨ ਹੋ ਗਿਆ, ਆ ਜਿੰਨੇ ਵੀ ਇਲਾਕੇ, ਦੁਬਈ ਹੋ ਗਿਆ, ਸ਼ਾਰਜਾ ਹੋ ਗਿਆ, ਸਾਊਦੀ ਦਾ ਇਲਾਕਾ ਹੋ ਗਿਆ, ਘੁੰਮਣ ਫਿਰਨ ਜਾਂਦੇ ਲੋਕ, ਉਹਨਾਂ ਸਮਿਆਂ 'ਚ ਕਿੱਥੇ ਨੇ? ਉਦੋਂ ਜੇ ਕੋਈ ਆਉਂਦਾ ਸੀ ਨਫ਼ਰਤ ਦੀ ਅੱਖ ਨਾਲ ਵੇਖਿਆ ਜਾਂਦਾ ਸੀ, ਵੇਖਦੇ ਅੱਜ ਵੀ ਨੇ। ਫਰਕ ਕੋਈ ਬਹੁਤਾ ਨਹੀਂ ਹੈ, ਬੇਸ਼ੱਕ ਦੁਨੀਆ ਐਡਵਾਂਸ ਹੋ ਗਈ, ਪਰ ਲੋਕਾਂ 'ਚੋਂ ਕੱਟੜ ਹੋਣਾ ਥੋੜ੍ਹਾ ਜਾਂਦਾ ਹੈ। ਆਪਾਂ ਉਹਨਾਂ ਨੂੰ ਕੀ ਮਾੜਾ ਕਹਿਣਾ, ਸਾਡੇ ਵੀ ਇਹੀ ਕੁਛ ਹੈ। ਜਦ ਸਮੇਂ ਦਾ ਸਿਸਟਮ ਅਦਾਲਤਾਂ ਮੰਦਰ ਮਸਜਿਦ ਗੁਰਦੁਆਰਿਆਂ ਦੇ ਰੌਲਿਆਂ 'ਤੇ ਲੜਨ ਲੱਗ ਪੈਣ ਨਾ, ਸਮਝੋ ਦੇਸ਼ ਦੀ ਬਰਬਾਦੀ ਆ। ਸੋ ਸਤਨਾਮ, ਇਹਨਾਂ ਕੰਮਾਂ ਵਾਸਤੇ ਥੋੜ੍ਹਾ ਬਣਿਆ ਸੀ, ਇਹ ਤਾਂ ਲੋਕਾਂ ਨੂੰ ਇਨਸਾਫ ਦੇਣ ਵਾਸਤੇ ਸੀ ਸਾਰਾ ਕੁਛ। ਇਹ ਰੱਬ ਦੇ ਘਰ ਨੂੰ ਵਿੱਚ ਹੀ ਫਿਰਦੇ ਆ। ਕੋਈ ਕਹਿੰਦਾ ਸਾਡਾ ਰੱਬ ਵੱਡਾ ਪਹਿਲਾਂ ਆਇਆ ਸੀ, ਦੂਜਾ ਕਹਿੰਦਾ ਸਾਡਾ ਵੱਡਾ ਉਹ ਪਹਿਲਾਂ ਬੈਠਾ ਸੀ। ਕਲਯੁੱਗ ਦਾ ਹੋਰ ਜ਼ਮਾਨਾ ਹੈ, ਚਾਰੇ ਤਰਫਾਂ ਤੋਂ ਘੇਰਾ ਪੈ ਗਿਆ। ਕਹਿੰਦੇ ਕਿਸੇ ਨੇ ਨੀਲੇ ਕੱਪੜੇ ਪਾਏ, ਕਿਸੇ ਨੇ ਚਿੱਟੇ ਪਾਏ ਆ, ਹਰ ਪਾਸੇ ਇਸਲਾਮ ਦੇ ਲੋਕ ਨੇ, ਅੱਲਾਹ ਗਾਉਂਦੇ ਨੇ। ਜੇਕਰ ਇਹਨਾਂ ਅਵਗਿਆ ਹੋਈ ਹੁਣ ਮੇਰੀ ਯਾਦ ਰੱਖੇ ਨਹੀਂ ਕੋਈ। ਉਹਨਾਂ ਨੇ ਬੋਲ ਕੇ ਸੁਣਾਇਆ, ਫਕੀਰੋ ਤੁਸੀਂ ਗੁਨਾਹ ਕੀਤਾ ਹੈ, ਅਵਗਿਆ ਕੀਤੀ, ਅੱਜ ਤੁਸੀਂ ਕਰਗੇ ਕੱਲ ਹੋਰ ਕਰੇਗਾ। ਬੰਸਰੀ ਤੇ ਤਾਂ ਬੱਜੂ ਜੇ ਬਾਂਸਰ ਹੋਊਗਾ, ਸਤਨਾਮ ਆਹੀ ਵੜ ਦੇਣਾ, ਛੱਡਣਾ ਹੀ ਕਿਸੇ ਨੂੰ ਨਹੀਂ ਵੀ। ਜਦੋਂ ਇੱਕ ਅੱਧਾ ਮਾਰਿਆ ਜਾਣਾ ਤੇ ਦੂਜਾ ਤੀਜਾ ਕੌਣ ਆ ਕੇ ਬੈਠੂਗਾ ਜੀ? ਮੌਤ ਤੋਂ ਤੇ ਸਾਰਿਆਂ ਨੂੰ ਡਰ ਲੱਗਦਾ। ਉੱਚੀ ਬੋਲ ਕੇ ਕਾਜ਼ੀਆਂ ਨੇ ਸੁਣਾਇਆ, ਫਕੀਰੋ ਤੁਸੀਂ ਜਾ ਨਹੀਂ ਸਕਦੇ, ਆਏ ਜਿਉਂਦੇ ਸੀ ਮਰਜ਼ੀ ਨਾਲ, ਪਰ ਜਿਉਂਦਾ ਨਹੀਂ ਜਾਓਗੇ। ਤੁਸੀਂ ਇਸਲਾਮ ਦੀ ਤੋਹੀਨ ਕੀਤੀ ਹੈ, ਨਰਾਦਰ ਕੀਤਾ ਹੈ, ਤੁਹਾਨੂੰ ਸਜ਼ਾਏ ਮੌਤ ਹੈ। ਦਸਤਗੀਰ ਕੀ ਆਇਸ ਪਾਈ, ਬਾਲਕ ਬੁੱਢੇ ਤਰਨੀ ਤਾਈ। ਦਸਤਗੀਰ ਨੇ ਹੁਕਮ ਕੀਤਾ, ਅੱਜ ਪੱਥਰ ਮਾਰਨ ਵਾਲਿਆਂ ਚ ਕੌਣ ਨੇ? ਬੁੱਢੇ ਸਾਰਿਆਂ ਤੋਂ ਅੱਗੇ, ਨੌਜਵਾਨ, ਬੱਚੇ, ਪਰ ਔਰਤਾਂ ਨਹੀਂ ਸੀ, ਕਿਉਂਕਿ ਇਸਲਾਮ ਅੱਜ ਵੀ ਔਰਤਾਂ ਨੂੰ ਖੁੱਲੇ ਫਿਰਨ ਦੀ ਇਜਾਜ਼ਤ ਨਹੀਂ ਦਿੰਦਾ, ਕਿਤੇ ਨਾ ਕਿਤੇ ਠੀਕ ਵੀ ਹੈ। ਤੇ ਆਪਣੇ ਮੁਲਕ 'ਚ ਇਜਾਜ਼ਤ ਮਿਲੀ ਆ ਤੇ ਦੁਨੀਆ ਬੇਲਗਾਮ ਹੋਈ ਫਿਰਦੀ ਆ ਨਾ, ਵੇਖ ਹੀ ਰਹੇ ਹੋ ਨਾ ਤੁਸੀਂ। ਦੂਜੇ ਦੀ ਗੱਲ ਛੱਡੋ, ਗੁਰੂ ਘਰ ਆ ਕੇ ਵੀ ਲੋਕਾਂ ਦੇ ਸਿਰ ਨਹੀਂ ਢੰਗੇ ਹੋਏ, ਮਾਫ਼ ਕਰਿਓ, ਕੌੜਾ ਸੱਚ ਹੈ। ਭਾਈਆਂ 'ਤੇ ਫੇਰ ਪੱਗਾਂ ਬੰਨੀਆਂ, ਬੀਬੀਆਂ ਦੇ ਸਿਰ 'ਤੇ ਚੁੰਨੀਆਂ ਵੀ, ਉਹ ਜੀ 'ਚ ਵਾਲ ਵੀ ਦਿਸਦੇ ਆ, ਵੀ ਬੀਬੀ ਇਹ ਵੀ ਲੈਣ ਦੀ ਕੀ ਲੋੜ ਸੀ, ਨੰਗੇ ਸਿਰੀ ਆ ਜਾ, ਹੈ ਤਾਂ ਨੰਗੇ ਹੀ ਹੈ। ਅਤੇ ਗੁਰੂ ਪਾਤਸ਼ਾਹ ਨੇ ਸਾਨੂੰ ਦੁਪੱਟੇ 'ਤੇ ਪੱਗਾਂ ਦਸਤਾਰਾਂ ਇਸ ਲਈ ਦਿੱਤੀਆਂ, ਸਿੱਖਾਂ ਤੇਰੇ ਸਿਰ ਦੀ ਚੋਟੀ, ਸਿਰ ਦੇ ਕੇਸ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਾਹਮਣੇ ਨਜ਼ਰ ਨਹੀਂ ਆਉਣੇ ਚਾਹੀਦੇ, ਕੱਚ ਕੇ ਆਈ ਇਹਨਾਂ ਨੂੰ, ਸਤਿਕਾਰ ਹੈ ਗੁਰੂ ਦਾ। ਪਰ ਸਾਡਾ ਤਾਂ ਸਿਰ ਹੀ ਦਿਸਦਾ ਹੁੰਦਾ, ਅਸੀਂ ਤਾਂ ਕੱਪੜੇ ਹੀ ਉਹ ਲੈਣੇ ਜਿਹਨਾਂ 'ਚੋਂ ਜਿਸਮ ਵੀ ਦਿਸੇ ਅਤੇ ਸਿਰ ਵੀ ਦਿਸੇ। ਜ਼ਮਾਨਾ ਬੇਲਗਾ, ਕਿਸੇ ਨੂੰ ਕੀ ਕਹੀਏ, ਅੱਜ ਦੇ ਸਮੇਂ 'ਤੇ ਆਪਣਾ ਆਪ ਹੀ ਸੁਧਾਰ ਲਈ ਇੰਨਾ ਹੀ ਬਣਾ ਹੈ, ਪੈਰ ਪੈਰ 'ਤੇ ਕਲਜ, ਪੈਰ ਪੈਰ 'ਤੇ ਪਾਪ। ਜਦੋਂ ਉਸ ਵੇਲੇ ਸੁਣਾਇਆ ਗਿਆ ਜੁਰਮ, ਕਹਿੰਦੇ ਤੁਸੀਂ ਜੁਰਮ ਕੀਤਾ, ਇਹ ਇਸਲਾਮ ਦੀ ਤੋਹੀਨ ਕੀਤੀ ਹੈ, ਔਰਤਾਂ ਪੱਥਰ ਮਾਰਨ ਨਹੀਂ ਆਈਆਂ, ਕਿਉਂਕਿ ਔਰਤਾਂ ਨਹੀਂ ਆਉਂਦੀਆਂ ਇਹਨਾਂ ਦਮਾਂ 'ਚ, ਅੱਜ ਵੀ ਇਸਲਾਮ ਵਿੱਚ ਨਹੀਂ ਆਉਂਦੀਆਂ। ਪੱਥਰ ਮਾਰਨ ਵਾਲੇ ਕੌਣ ਹੁੰਦੇ? ਮਰਦ ਹੁੰਦੇ ਆ, ਬਜ਼ੁਰਗ, ਬੁੱਢੇ ਅਤੇ ਬੱਚੇ, ਹੱਥਾਂ 'ਚ ਦੋ ਦੋ ਪੱਥਰ ਚੱਕੇ ਹੋਏ ਆ, ਤਿੱਖੇ ਤਰਛੇ। ਜਦ ਪੀਰ ਹੁਕਮ ਕਰਨਗੇ, ਇਸ਼ਾਰਾ ਕਰਨਗੇ, ਹੱਥ ਖੜਾ ਕਰਨਗੇ,
हजारां पत्थर सतगुरां दे उत्ते डिगणगे हजारां ते जद जद पत्थरां दी संग सार होई कोई बचे है कोई भी नहीं बचे ये सजावां अज भी अर्ग विच दित्तियां जांदियां अनेकां तुहानूं वीडियोज मिल जाणगे ਜਿਉਂਦੇ ਬੰਦਿਆਂ ਨੂੰ ਪੱਥਰਾਂ ਨਾਲ ਮਾਰਿਆ ਜਾਂਦਾ ਸਿਰਾਂ 'ਚ ਪੱਥਰ ਵੱਜਦੇ ਮੂੰਹਾਂ 'ਤੇ ਵੱਜਦੇ ਆ ਕੋਈ ਔਰਤ ਗੁਨਾਹ ਕਰੇ ਉਹਦੇ 'ਤੇ ਵੀ ਇਹੀ ਕੁਝ ਹੁੰਦਾ ਹੈ ਕੁਰਡੇ ਮਾਰੇ ਜਾਂਦੇ ਆ ਅਤੇ ਗੁਰੂ ਨਾਨਕ ਸਾਹਿਬ ਮਰਦ ਅਤੇ ਇੱਥੇ ਇਹਨਾਂ ਦਾ ਭਾਂਡਾ ਭੰਨਣ ਆਏ ਸੀ ਅਤੇ ਭਾਈ ਪ੍ਰਧਾਨਾ ਕਹਿੰਦਾ ਬਾਬਾ ਇੱਥੇ ਮਾਣ ਸਤਿਕਾਰ ਕਰਨ ਆ ਗਏ ਇੱਥੇ ਪੱਥਰ 'ਚ ਕੀ ਫਿਰਦੇ ਆ ਗੁਰੂ ਸਾਹਿਬ ਕਹਿੰਦੇ ਚਿੰਤਾ ਨਾ ਕਰ ਜਿਸ ਵਾਹਿਗੁਰੂ ਨੇ ਸਾਨੂੰ ਪਹਿਲਾਂ ਰੱਖਿਆ ਨਾ ਮਰਦਾਨਿਆ ਹਰ ਥਾਂ ਤੇ ਰੱਖੇਗਾ ਇੱਕ ਇੱਕ ਭਾਸ਼ਣ ਸਭ ਕਰ ਲੀਨਾ ਚੱਲਣ ਲੱਗੇ ਬੜ ਰੋਰ ਕੀਨਾ ਹਜ਼ਾਰਾਂ ਲੋਕਾਂ ਦਾ ਇਕੱਠ ਜਿੱਥੇ ਤੱਕ ਨਜ਼ਰ ਜਾਵੇ ਲੋਕ ਪੱਥਰ ਲੈ ਕੇ ਖੜੇ ਸ਼ੋਰ ਮੱਚੇ ਆਵਾਜ਼ ਨਾ ਸੁਣੇ ਕਿਸੇ ਨੂੰ ਰੌਲਾ ਹੀ ਰੌਲਾ ਹੈ ਪੀਰ ਦਸਤਗੀਰ ਨੇੜੇ ਆ ਗਏ ਕਾਜੀ ਮੁੱਲਾ ਨੇੜੇ ਆ ਗਏ ਸਭ ਨੇ ਜ਼ੋਰ ਲਾਇਆ ਹੋਇਆ ਵੀ ਸਾਡਾ ਪੱਥਰ ਸਾਧੂਆਂ ਦੇ ਚਿਹਰੇ 'ਤੇ ਵੱਜੇ ਦੁਨੀਆ ਪੱਥਰ ਮਾਰਨ ਵਾਲਿਆਂ ਦੀ ਹੋਈ ਹੈ ਅੱਜ ਪਰਖ ਲਓ ਭਾਵੇਂ ਕੱਲ੍ਹ ਪਰਖ ਲਓ ਕਿਸੇ ਰੁੱਖ ਨੂੰ ਵੀ ਫਲ ਲੱਗਾ ਹੋਵੇ ਪੱਥਰ 'ਤੇ ਉਹਨੂੰ ਖਾਣੇ ਪੈਂਦੇ ਆ ਸਤਿਨਾਮ ਇੱਥੇ ਤੇ ਫੇਰ ਬੰਦਗੀ ਗਾਈ ਸੀ ਬਾਣੀ ਪੜ੍ਹੀ ਸੀ ਜੇ ਤੁਹਾਨੂੰ ਚੰਗੇ ਰਾਹ ਚੱਲਦਿਆਂ ਕੋਈ ਮਾੜਾ ਕਹਿੰਦਾ ਚਿੰਤਾ ਨਾ ਕਰੋ ਰੱਬ ਦਾ ਸ਼ੁਕਰ ਕਰੋ ਕਿਉਂਕਿ ਅਕਸਰ ਅੜਚਣਾਂ ਉਹਨਾਂ ਨੂੰ ਆਉਂਦੀਆਂ ਜਿਨ੍ਹਾਂ ਦੇ ਰਾਹ ਸਹੀ ਹੁੰਦੇ ਆ ਘਰੇ ਸੁੱਤੇ ਪਏ ਨੂੰ ਤਾਂ ਕੋਈ ਕਹਿੰਦਾ ਹੀ ਨਹੀਂ ਤਰੱਕੀ ਕਰ ਲਓ ਉਹਨੂੰ ਤਾਂ ਕੋਈ ਕਹਿੰਦਾ ਹੀ ਨਹੀਂ ਤੇ ਤੂੰ ਗਲਤੀ ਹੋ ਗਲਤੀ ਉਹਦੇ ਤੋਂ ਹੋਣੀ ਜਿਹਨੇ ਕੋਈ ਕਾਰਜ ਕਰਨਾ ਹੁਣ ਗੁਰੂ ਸਾਹਿਬ ਆਏ ਆ ਸਤਿਗੁਰਾਂ ਦੀ ਗਲਤੀ ਕੱਢਣ ਲੱਗ ਪਏ ਪਰ ਸਤਿਗੁਰਾਂ ਜਾਣ ਕੇ ਕੀਤਾ ਸਾਰਾ ਉਹਨਾਂ ਨੂੰ ਗੁੱਸਾ ਬਣਿਆ ਵੀ ਸਾਡੇ ਕੁਰਾਨ ਸ਼ਰੀਫ ਦਾ ਨਿਰਾਦਰ ਸਾਡੇ ਪੀਰ ਦਾ ਨਿਰਾਦਰ ਸਾਡੇ ਇਸਲਾਮ ਦੇਸ਼ ਦਾ ਨਿਰਾਦਰ ਇਹ ਤੇ ਸਾਡੇ ਧਰਮ ਦੇ ਵਿੱਚ ਰਾਗ ਵਿਦਿਆ ਗਾਉਣ ਲੱਗ ਗਏ ਕੱਲ੍ਹ ਨੂੰ ਕੋਈ ਹੋਰ ਮੁਸਲਮਾਨ ਆਖੂ ਵੀ ਇਹਨਾਂ ਰਾਗ ਗਾ ਲਿਆ ਸੰਗੀਤ ਗਾ ਲਿਆ ਉਹਨਾਂ ਦਾ ਤਾਂ ਕੁਛ ਨਹੀਂ ਹੋਇਆ ਸਾਰੇ ਤਰਕਵਾਦੀ ਹੋਵਣਗੇ ਸ੍ਰੀ ਨਾਨਕ ਸੁਣ ਕੇ ਤਹਿ ਕਾਲਾ ਉੱਚੀ ਦੀਨੀ ਵਾਂਗ ਬਿਸਾਲਾ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਜਦੋਂ ਪੱਥਰ ਹੁਲਾਰਨੇ ਸ਼ੁਰੂ ਕੀਤੇ ਕਹਿੰਦੇ ਪੱਥਰ ਹੱਥਾਂ 'ਚੋਂ ਨਿਕਲ ਗਏ ਅਤੇ ਮੇਰੇ ਸਤਿਗੁਰਾਂ ਉੱਥੇ ਵਾਂਗ ਦਿੱਤੀ ਆਵਾਜ਼ ਦਿੱਤੀ ਉੱਚੀ ਉਹ ਆਵਾਜ਼ ਕਦੀ ਜ਼ਿਕਰ ਕਰਦੇ ਆ ਕਹਿੰਦੇ ਪੱਥਰ ਉੱਡਦੇ ਆ ਰਹੇ ਚਾਰੇ ਦਿਸ਼ਾਵਾਂ ਤੋਂ ਪੱਥਰ ਦੀ ਸਪੀਡ ਵੇਖ ਲਓ ਕਿੰਨੀ ਹੈ ਉਹ ਕਿੰਨੀ ਕੁ ਦੇਰ ਰੁਕ ਸਕਦਾ ਹੈ ਸਭ ਦੇ ਹੱਥਾਂ 'ਚੋਂ ਹੁਕਮ ਤੋਂ ਬਾਅਦ ਤਿਰਛੇ ਪੱਥਰ ਚੱਲ ਪਏ ਨਿਰੰਕਾਰ ਸਤਿ ਸ੍ਰੀ ਅਕਾਲ ਗੁਰਵਰ ਏਕੰਕਾਰ ਕਿਰਪਾਲਾ ਨਿਰੰਕਾਰ ਸਤਿ ਸ੍ਰੀ ਅਕਾਲ ਗੁਰਵਰ ਏਕੰਕਾਰ ਕਿਰਪਾਲਾ ਰੱਬ ਦਾ ਜ਼ਿਕਰ ਹੈ ਕਹਿੰਦੇ ਉਹ ਨਿਰੰਕਾਰ ਹੈ ਜਿਹਦਾ ਆਕਾਰ ਕੋਈ ਨਹੀਂ ਸਤ ਜੋ ਸੱਚਾ ਹੈ ਸ੍ਰੀ ਸ਼ੋਭਾ ਵਾਲਾ ਹੈ ਅਕਾਲ ਜਿਹਦੇ 'ਤੇ ਕਦੇ ਸਮਾਂ ਹੀ ਨਹੀਂ ਆਉਂਦਾ ਗੁਰਵਰ ਉਹ ਵੱਡਾ ਹੈ ਕਿਰਪਾਲਾ ਉਹ ਕਿਰਪਾ ਦਾ ਪਾਤਰ ਹੈ ਏਕੰਕਾਰ ਉਹ ਇੱਕ ਹੈ ਅੱਜ ਤੇ ਸਾਡੇ ਪੰਜਾਬ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਦੀ ਬੁਲਾਉਣੀ ਹੁੰਦੀ ਘੂਸਰ ਘੂਸਰ ਕੇ ਅੱਗੇ ਹੋ ਕੇ ਸ਼ਸ਼ੀਕਾਲ ਕਰਦੇ ਫਿਰਦੇ ਵੀ ਇਹ ਕਿਹੜੀ ਹੁੰਦੀ ਹੈ ਅੱਜ ਤੱਕ ਨਹੀਂ ਪਤਾ ਲੱਗਿਆ ਸਤਿ ਸ੍ਰੀ ਅਕਾਲ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਮੱਥਾ ਟੇਕਦੇ ਹਾਂ ਆ ਸ਼ਸ਼ੀਕਾਲ ਵਾਲਾ ਪਤਾ ਨਹੀਂ ਕਿਹਨੂੰ ਟੇਕੀ ਜਾਂਦੇ ਆ ਸਤਿਨਾਮ ਅੱਜ ਤੱਕ ਨਹੀਂ ਪਤਾ ਸਾਡੇ ਬੱਚਿਆਂ ਦਾ ਹਾਲ ਇਹੀ ਹੈ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੋਲਣੀ ਨਹੀਂ ਆਉਂਦੀ ਸ਼ਰਮ ਆਉਂਦੀ ਹੈ ਜੇ ਬੋਲਣਗੇ ਤੇ ਸਤਿ ਸ੍ਰੀ ਅਕਾਲ ਦਾ ਐਕਸੀਡੈਂਟ ਸ਼ਸ਼ੀਕਾਲ ਅੱਗੋਂ ਤੇ ਬਜ਼ੁਰਗ ਵੀ ਹੁੱਬ ਹੁੱਬ ਸਿਰ 'ਤੇ ਹੱਥ ਰੱਖਦੇ ਕਹਿੰਦੇ ਸ਼ਸ਼ੀਕਾਲ ਬੇਟਾ ਜੀ ਸ਼ਸ਼ੀਕਾਲ ਇਹ ਪਤਾ ਨਹੀਂ ਕਿਹੜੀ ਕਾਲ ਹੈ ਫੋਨ ਕਾਲ ਸੁਣੀ ਮਿਸ ਕਾਲ ਸੁਣੀ ਆਹ ਨਵੀਂ ਪੰਜਾਬੀਆਂ ਦੀ ਸ਼ਸ਼ੀਕਾਲ ਵੀ ਹੈ ਸੱਤਿਆਨਾਸੀ ਹੈ ਇਹਦੇ ਉੱਤੇ ਵੀ ਆਖਾਂ ਸਤਿ ਸ੍ਰੀ ਅਕਾਲ ਗੁਰਬਰ ਅਕਾਲ ਗੁਰਬਰ ਨਾਮ ਹੈ ਵੱਡੇ ਦਾ ਜਦੋਂ ਗੁਰੂ ਨਾਨਕ ਸਾਹਿਬ ਮਰਦ ਨੇ ਇਹ ਬਚਨ ਆਖਿਆ ਹੱਥਾਂ 'ਚੋਂ ਨਿਕਲੇ ਹੋਏ ਪੱਥਰ 'ਤੇ ਨਿਕਲਣ ਵਾਲੇ ਉਸੇ ਥਾਂ ਜਾਮ ਹੋ ਗਏ ਸੁਣ ਕਰ ਭਾਂਗ ਸਰਬ ਨਰ ਨਾਰੀ ਸੁਣ ਮੁਨ ਹੋਏ ਇੱਕ ਵਾਰੀ ਸ਼ੋਰ ਵੱਜਦਾ ਸੀ ਰੌਲਾ ਪਿਆ ਪੱਥਰ ਜਦੋਂ ਡਿੱਗਣ ਦੀ ਆਵਾਜ਼ ਆਈ ਨੇੜੇ ਤੋਂ ਕਹਿੰਦੇ ਇੱਕਦਮ ਸਾਰੀ ਦੀ ਸਾਰੀ ਨਗਰੀ ਸੁਣ ਮੁਨ ਹੋ ਗਈ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਬੈਠ ਕੀਆ ਅਸਥਾਨਾ ਸੁਨਮਨ ਸੁਨਮਨ ਨਗਰ ਭਾਈ ਦੇਖੋ ਪੀਰ ਪਿਆ ਹੈ ਨਾ
बगदाद की धरती से जो सारे ने पत्थर मारे जो गुरु नानक साहब ने सत श्री अकाल ये वचन आख्या गुरबर एक अंकार कृपाल ये वचन गाए कहते सारे का सारा नगर सुनमन हो गया मतलब पत्थर बन गया बाहां उपर दियां उपर रह पत्थर उड़ते उड़ते रह गए एक भी पत्थर गुरु नानक साहब महाराज की चरण शरण विच आके छोया ना जबहि बलोकी अजमत पीना पीर बड़ा चलाक सी उन्हें आप पत्थर नहीं मारिया हुक्म ही कीता ना सारे वरीदा ने पत्थर चलाते सुनमन हो गई शांति वरत गई किसे तो तुरया नहीं जांदा पत्थर दे पुत बन गए लोग पीर वेख बड़ा हैरान होया देखो पीर भया हैराना दस्तगीर पीर हैरान कहिंदा एड्डी करामात ते अज लोग की कहिंदे जी गुरु साहब करामात नहीं वरतांदे करामात कहर है अपनी सिफत लई कदे नहीं वरताई दुनिया के भले वास्ते सतगुरां दे पैर पैर ते वरताई अगले ते करामाती पत्थर लेके आ गए ते बाबा जी हाथ जोड़ लैंदे ना बई मैं करामात कहूं ओ ना करामात वरताई लोगों नूं रब नाल जोड़न लई ओ करामात कहर ते पाप है जिहड़ी अपनी सिफत ते मत्था टकाउण लई होवे उहनूं कहर कहिंदे ते असीं ते अज गुरु साहिबां दा इतिहास पढ़न ते आ गए हर चीज़ नूं असीं करामात नाल जोड़ के पखंड नाल जोड़ी बैठे हाँ मैजिक नाल ड्रामे नाल जोड़ी बैठे हाँ नहीं भाई भाई गुरदास के बचन ने पढ़ दे गुरबाणी के बचन सुन मन नजर भाई देखो पीर भया हैरान कहिंदे एकदम सारे हैरान होए जद लोग बोले साडे हाथ जम गए ने पत्थर हत्थां चों निकल नहीं रहे पीर जी लगता है कोई करामात वापर गई सिर्फ ते सिर्फ एक दस्तगीर नूं कुछ नहीं होया क्योंकि उन्हें पत्थर नहीं सी मारिया सतनाम बाकी ते काजी मुल्ला सारी आकड़े खड़े हत्थां च पत्थर जाम हो गया हत्थ परे जो लोगों ने चीकां मारियां तरले कीते ते कोई पीर लगता है कहिंदे दस्तगीर पीर कदम कदम अगे वधिया नेड़े आया मन कहिंदा है इत्थे कोई मैथों भी बैठे ने क्यों एक करामाती दे शहर विच जाके कोई करामात वड्डी वरताए ते जिहड़ा कहिंदा सी मेरे हुंदिया कोई परिंदा पर नहीं मारदा अगले खंभ पटते फिर ते मनना ही पैना ना भी वड्डा है नेड़े आया कोल आके खड़े आ सतगुरां दे चेहरे वल वेखदा है ते गुरु नानक साहिब महाराज ने नज़र भर के पीर दस्तगीर वल तकिया कहिंदे नज़रां च नज़रां नहीं पै सकदियां सतनाम जद जद पीर कोशिश करता मैं अख चख पाव क्योंकि करामात वरतानी चाहता है भी मैं इन्हों अख चख पा के भी होश कर सुन लिया कि मेरा पानी भर करामात है ना अंदर अजय जो गुरु साहब की अख नाल अख पाँदा कहता सेक पता चुरप नहीं करता सतगुरां दे नेड़े आया ए मानव वृंद लिए निज संगा मन करके थोड़ा जा झुकिया पर बहुता नहीं अपने कुछ साथियों नाल लेके आया जिहड़े नाल उहदे पालकी चुकण वाले सी उहना पत्थर नहीं ना मारे कोल आके खड़ गया कहिंदा फकीरो कित्थों आए हो जिहड़ा बंदा कहिंदा सी मार दिओ पत्थर मारो इहनूं संगसार करो अज पुछण आ गया तुसीं कित्थों आए हो कौन हो दस्तगीर पीर ने नजर भर के लोकां वल वेखिया गुरु साहब वल वेख के विखाणा चाहुंदा भी तुसी पत्थर बनाया मैं पगला देंगा मंत्र पढ़े एक नहीं बहुत मंत्रां दा जाप कीता फूकां भी मारियां पर कहिंदे जिहदे वल वेखो वह पत्थर हत्थां नाल जुड़े होए हाथ ही नहीं थले आउंदे अंदरों अंदर दस्तगीर पीर अपने आप नूं हारिया समझदा ए गर्भ चल जह समत नकेतो भान तेज हर चह खुद केतो खड़ा जे भी करामाता लाणिया चाहुंदा भी जे मैं इन्हां साधां नूं दब लां कवि कहिंदे मन लो भी सूरज दे सामने ना एक छोटा जिहा जुगनू छोटा जिहा टटहिणा एक दीवा हंकार विच अपनी औकात विखावी भी मैं तैनूं चढ़न बना देंगा गुरु साहब सूरज समान ने दस्तगीर पीर की चीज़ है
कुछ भी नहीं। तो सतगुरु परमेश्वर ने कहाउंदे नहीं, मनदे नहीं, दसदे नहीं, पर पीर कहिंदा खुदा तो बाद मैं ही खुदा हाँ। हरदा गया ना हंकार दा भरिया वो पीर सतगुरां दे सामने एक तान के खड़े है नीचा विखाउणा चाहुंदा ऐ। सब एक बार आई चो फेरे हित मारन किया पुजा उचेरे। फिर अपने लोगों मंत्र पढ़ के आवाज दिंदा कहिंदा पत्थर मारो, बोल के कहते पीर जी आकड़े पे आ खेड़ा छड़ा दो सतनाम पत्थर जुड़ गया था। एक घटना अज भी बगदाद की धरती से लिखी हुई पत्थर असि इतने डांगो डांगी हुए फिर मर जाने आए किमें करता आ किमें करता वह की हो गया इदा कि हो गया अवेसली कौम तो सुती पई सी सिख कौम तो फायर फायर वाले आ गए वो दबी फरते भजाई फरते अगे अगे तो भजे फरते साढ़े अगे यो कौम सवा सवा लख न लड़न वाली अच फायर वाले तो डरी फरती क्यों गलतियां साढ़िया ने असी अपने सिखा संभालिया नहीं छूत छात करके जातां दा रौला पा के उन्होंने इन्ना कु गुरु नानक के घर तो तोड़ता अगले कहते चंगा फिर गुरु तुहाडा अपने विरुद्ध असी की लैना है हुण उधर जाते हुण चीका मारी गया की हो गया ये किसी ने किया जब घर का राखा सुता हो चोर फिर ही आऊगा जागद्या चोर नहीं लुटते सुती सी सिख कौम आ गए अगले वरत गए ने हुण जो मर्जी करे चलो हुण की होना हुण नहीं होना जब तक असी अपनी गलतियां नहीं मनते सुधार कितों होए। कहिंदे पीर ने अंदरों तो पश्चाताप किया पर जे बाहरों मन गया लखां मुरीदां दे सामने किड्डी शर्मिंदगी की गल आ कि जिहड़े पीर नूं असी रब कहिंदे आ यार उह ते पाणी भरदा फिरदा पीरां दा शर्म ते आउंदी आ ना हंकार जो होया। कहिंदे पीर ने बड़ा कोशिश की जोर लाया पर किसे दा जोर ना चलिया। एक एक पाहन सब कर माही अनगन मानव गिनती नाही। अनगिनत लोग जिन्हां दी गिनती नहीं कले कले कोल पत्थर मान लो जे 10,000 बंदा ते 10,000 पत्थर जुड़िया पिया। पीर ये हैरान है भी एक दा पत्थर जुड़ सकदा दो दा जुड़ जू सारे किवें इकट्ठे करदे भी लगता तकड़ी हो करामात तो छोटी मोटी हो सकती है ना एक बंदा अख भरी बेहोश करता दूजा सुटना हजार के हजार लोग सुन करते तो भाई गुरदास लिखना पिया सुन मुन नगर भाई देखो पीर भया हैराना हैरान हो गया पीर दस्तगीर नगरी सुन मुन हो गई है शांत हो गए ने सारे किसी समझ नहीं आती। आखिरकार कुछ मरीदा ने तरला किया पीर जी इन्हों मना लो जिन्हें जोड़िया तोड़ भी उही सदा सतनाम जिस इन्नी करामात है ना पत्थर बनाने की पत्थर जोड़न की लवा भी उही सकता है क्योंकि पीर अंदरों थक गया अंदरों हार गया बड़ा हैरान है भी जे ये फकीर जित गए तो दस्तगीर तेरी गद्दी नहीं रहनी कि मैं जग नू बह गया मैनू तो लोग इस्लाम का वड्डा पीर मनते आ पता नहीं हिंदुस्तान तो किहड़े फकीर आए आ ना ये मुसलमान ने ना ये कुरान पढ़ते आ मतलब फिक्र इस गल का है कि अज जे कोई किसी गैर मजहब धर्म का फकीर आके साडे ते भारू बनता है तो साडे मुसलमान किते इधर ना शिफ्ट हो जाना सतनाम वो कहण कि साडा पीर जी ने कुंजे लाता बर्फ च बड़ी वड्डा होया। पीर अंदरों अंदर बड़ा दुखी है बड़ी चिंता च है समा समाप्त है जो कुछ भी होएगा कल दे दीवाना च सरवण करांगे सुवाच संग्राम दा दिहाड़ा है पिछला महीना सतगुरां दी कृपा नाल सुख आनंद प्रेम नाल सब दा बतीत होया गुरु साहब दी कृपा होई महीना नवा चढ़िया इत्थे आउंदे जांदे रहिंदे आ पर हर महीने दा सतगुरु दी फलादेश उपदेश सिख नूं बख्शिश करदे आ सिखा इस महीने में तू की करना है। पिछली बारी आप सरवण किया असुन प्रेम उबाहड़ा क्यों मिली है हर मैं रब को मिला कि मेरा प्रेम उमाड़ा उत्साह किमें बने तो इस महीने गुरु अर्जन देव पातशाह कृपा करते आओ एक एक पंक्ति का आनंद माणिए कि उपदेश बख्शदे ने कतक कर्म कमावणे दोष न कहो
ਕਤਕ ਕਰਮ ਤਮਾਵਣੇ ਦੋਸ਼ ਨਾ ਕਾਬੂ ਯੋਗ। ਕਹਿੰਦੇ ਕਤਕ ਦੇ ਮਹੀਨੇ ਚ ਕਿਸੇ ਨੂੰ ਦੋਸ਼ ਨਾ ਤੇ ਜਿਹੋ ਜੇ ਕਰਮ ਕਰੇਗਾ ਕਮਾਏਗਾ ਉਹੋ ਜੇ ਭੋਗੇਗਾ। ਕਿਉਂ ਕਿਹਾ ਇਹ? ਹਿੰਦੁਸਤਾਨ ਦੀ ਸੰਸਕ੍ਰਿਤੀ ਕਹਿੰਦੀ ਹੈ ਵੀ ਕਤਕ ਦੇ ਮਹੀਨੇ ਬੱਚਾ ਜੰਮੇ ਉਹਨੂੰ ਮਾੜਾ ਤੇ ਮੰਗਲੀਕ ਮੰਨਿਆ ਜਾਂਦਾ ਸੰਸਕ੍ਰਿਤੀ ਦੇ ਮੁਤਾਬਕ। ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਭ ਤੋਂ ਵੱਡਾ ਪਖੰਡ ਭੰਨਿਆ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਵਤਾਰ ਹੀ ਕਤਕ ਦੇ ਮਹੀਨੇ ਧਾਰਨ ਕੀਤਾ। ਲੋਕੀ ਕਹਿੰਦੇ ਸੀ ਇਸ ਮਹੀਨੇ ਬੱਚਾ ਜੰਮੇ ਮਾੜਾ ਅਪਸ਼ਗਨ ਹੁੰਦਾ, ਸਤਿਗੁਰੂ ਕਹਿੰਦੇ ਕੋਈ ਅਪਸ਼ਗਨ ਨਹੀਂ, ਕਤਕ ਦੇ ਮਹੀਨੇ ਚ ਸੱਜਣਾ ਜਿਹੋ ਜੇ ਕਰਮ ਕਮਾਏਗਾ, ਅੱਜ ਤੂੰ ਕਿਸੇ ਦਾ ਬੁਰਾ ਕਰਕੇ ਆਇਆ ਭਾਵੇਂ ਉਹਦਾ ਮਹੀਨਾ ਹੋਵੇ ਭਾਵੇਂ ਹੋਵੇ ਕਤਕ, ਭੁਗਤਣਾ ਤੇ ਤੈਨੂੰ ਹੀ ਪੈਣਾ। ਇਹ ਥੋੜਾ ਤੂੰ ਕਿਸੇ ਦਾ ਬੁਰਾ ਕਰੇ ਤੇ ਤੇਰਾ ਚੰਗਾ ਹੋਵੇ, ਤੂੰ ਸੋਚ ਵਿੱਚ ਵੀ ਕਿਸੇ ਦਾ ਬੁਰਾ ਰੱਖ ਤੇਰਾ ਭਲਾ ਕਦੇ ਨਹੀਂ ਹੋਣਾ। ਮਰਜ ਕੇ ਤੇ ਕਤਕ ਦੇ ਮਹੀਨੇ ਨੇ ਉਪਦੇਸ਼ ਬਖਸ਼ਿਆ, ਜਿਹੋ ਜੇ ਕਰਮ ਕਰੇਗਾ ਉਹ ਜੇ ਕਮਾਏਗਾ ਦੋਸ਼ ਨਾ ਤਾਹੂ ਯੋਗ। ਕਹਿੰਦੇ ਆ ਦੋਸ਼ ਕਿਸੇ ਦੇ ਸਿਰ ਨਾ ਮੜੀ ਜਾ, ਯੋਗ ਜੋੜੀ ਨਾ ਜਾ ਵੀ ਫਲਾਣੇ ਨੇ ਮੇਰਾ ਆਹ ਕਰਤਾ, ਫਲਾਣੇ ਨੇ ਟੂਣਾ ਕਰਤਾ, ਫਲਾਣੇ ਨੇ ਮੈਨੂੰ ਮਾੜਾ ਕਿਹਾ ਸੀ, ਪਤਾ ਨਹੀਂ ਆਹ ਹੋ ਗਿਆ। ਨਹੀਂ, ਤੇਰੇ ਕਰਮਾਂ ਦਾ ਫੈਸਲਾ ਹੈ, ਤੇਰੇ ਗੁਨਾਹਾਂ ਦਾ ਫਲ ਹੈ, ਕੋਈ ਕਿਸੇ ਦਾ ਇੱਥੇ ਕੁਝ ਨਹੀਂ ਕਰ ਸਕਦਾ। ਰੱਬ ਨੇ ਜੋ ਕੀਤਾ ਉਹ ਕੀ ਹੋਣਾ ਹੈ, ਉਹਦੀ ਲਿਖੀ ਮੌਤ ਵਰ ਜਾਣੀ, ਉਹਦਾ ਲਿਖਿਆ ਜਨਮ ਜਨਮ ਹੋ ਜਾਣਾ, ਉਹਨੇ ਕਰਮਾਂ 'ਚ ਰੋਗ ਲਿਖੇ ਕੁਛ ਅਸੀਂ ਲਿਖਾਏ ਆ ਜਾਣੇ, ਕੌਣ ਟਾਲ ਸਕਦਾ ਹੈ? ਸਤਿਗੁਰੂ ਕਹਿੰਦੇ ਭਾਈ ਕਿਸੇ ਸਿਰ ਦੋਸ਼ ਨਾ ਪਾ, ਤੇਰੇ ਆਪਣੇ ਕੀਤੇ ਕਰਮ ਹਨ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਦੋਸ਼ ਬਣੇ ਕਦੋਂ? ਕਹਿੰਦੇ ਜਦੋਂ ਤੂੰ ਰੱਬ ਨੂੰ ਭੁਲਾ ਕੇ ਬਹਿ ਗਿਆ, ਪਰਮੇਸ਼ਰ ਤੇ ਭੁੱਲਿਆ, ਰੱਬ ਨੂੰ ਭੁੱਲਿਆ, ਵਿਆਪਨ ਸਭੇ ਰੋਗ। ਕਹਿੰਦੇ ਫਿਰ ਸਾਰੇ ਰੋਗ ਆ ਜਾਂਦੇ ਜਿੰਨੇ ਦੁਨੀਆਂ ਤੇ ਨੇ। ਇੱਕ ਨਾਸਤਿਕ ਬੰਦੇ ਨੂੰ 3600 ਰੋਗ ਲੱਗਾ, ਤੇ ਅਸੀਂ ਕਹਾਂਗੇ ਤੇ ਜੀ ਧਰਮੀਆਂ ਨੂੰ ਵੀ ਲੱਗੇ ਹੋਏ ਆ, ਸੱਚੀ ਲੱਗੇ ਹੋਏ ਆ। ਧਰਮੀ ਹੋ ਜਾਣਾ ਕੋਈ ਵੱਡੀ ਗੱਲ ਥੋੜ੍ਹੀ ਹੈ, ਰੱਬ ਦਾ ਬਣ ਕੇ ਰਹਿਣਾ ਇਹ ਗੱਲ ਵੱਡੀ ਹੈ। ਧਰਮੀ ਤੇ ਉਹ ਵੀ ਲੋਕ ਨੇ ਜੀ ਜਿਹਨਾਂ ਦਾ ਧਰਮ ਨਾਲ ਵਾਸਤਾ ਹੀ ਕੋਈ, ਨੌਕਰੀ ਦੇ ਪਿੱਛੇ ਧਰਮੀ ਬਣੇ ਹੁੰਦੇ ਆ, ਕੋਈ ਦੇਖਾ ਦੇਖੀ ਕਿਸੇ ਨੂੰ ਧਰਮੀ ਬਣਿਆ ਹੋਇਆ ਵੀ ਫਲਾਣਾ ਮੰਦਿਰ ਮਸਜਿਦ ਜਾਂਦਾ ਸੀ ਆਪਾਂ ਵੀ ਜਾਣ ਲੱਗੇ, ਸਾਡੇ ਵੱਡ ਵਡੇਰੇ ਜਾਂਦੇ ਅਸੀਂ ਵੀ ਜਾਂਦੇ ਹਾਂ। ਪਰ ਨਹੀਂ, ਜੇ ਤੈਨੂੰ ਰੱਬ ਭੁੱਲ ਗਿਆ ਤੈਨੂੰ ਸਾਰੇ ਰੋਗ ਲੱਗ ਜਾਣੇ, ਵੱਡਾ ਰੋਗ ਹੋਮੇ ਦਾ ਲੱਗੂਗਾ। ਰੱਬ ਨੂੰ ਭੁੱਲੇ ਬੰਦਿਆਂ ਨੂੰ ਹੋਮੇ ਦਾ ਰੋਗ ਲੱਗਾ, ਉਹ ਮੈਂ ਕਰਦੇ ਫਿਰ ਤੇ ਉਹ ਰੱਬ ਨੂੰ ਸੁਣ ਹੀ ਨਹੀਂ ਸਕਦੇ। ਉਹ ਕਹਿੰਦੀ ਮੰਨਦੇ ਹੀ ਨਹੀਂ ਅਸੀਂ, ਕਿਉਂਕਿ ਅਸੀਂ ਮਹਾਨ, ਅਸੀਂ ਰੱਬ ਹਾਂ, ਸਾਡੇ ਅੰਦਰ ਰੱਬ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਸਾਰੇ ਰੋਗ ਦੁਨੀਆਂ ਦੇ ਐਸੇ ਮਨਮੁਖ ਪੁਰਸ਼ ਨੂੰ ਲੱਗਦੇ ਨੇ, ਇਹ ਮੁਖ ਹੋਏ ਰਾਮ ਤੇ ਲਗਨ ਜਨਮ ਵਿਯੋਗ। ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿਯੋਗ। ਕਹਿੰਦੇ ਜਿਹੜੇ ਰੱਬ ਰਾਮ ਪਰਮੇਸ਼ਰ ਤੋਂ ਬੇਮੁਖ ਹੋ ਗਏ, ਮਤਲਬ ਟੁੱਟ ਗਏ ਪਰਮਾਤਮਾ। ਗੁਰੂ ਸਾਹਿਬ ਕਹਿੰਦੇ ਇੱਕ ਰੋਗ ਨਹੀਂ ਜਨਮਾਂ ਜਨਮਾਂ ਦੇ ਵਿਯੋਗ ਵਿਛੋੜੇ ਅਤੇ ਰੋਗ ਲੱਗਦੇ ਨੇ, ਇਹਨਾਂ ਮਹੀ ਕੋੜੇ ਹੋਏ ਗਏ ਜਿੱਤੜੇ ਮਾਇਆ ਭੋਗ। ਖਿੰਨ ਮੈਂ ਕੌੜੇ ਹੋਏ ਗਏ, ਕੌੜੇ ਦਾ ਭਾਵ ਕੀ? ਬੇਗਾਨੇ। ਸਤਿਗੁਰੂ ਕਹਿੰਦੇ ਪਲਾਂ 'ਚ ਤੇਰੇ ਆਪਣੇ ਬੇਗਾਨੇ ਬਣ ਗਏ, ਜਿੱਤੜੇ ਮਾਇਆ ਭੋਗ, ਜਿੰਨੇ ਮਾਇਆ ਦੇ ਭੋਗ ਪਦਾਰਥ ਸੀ। ਬੁਢਾਪਾ ਤੰਦ 'ਤੇ ਆ ਗਿਆ, ਦੰਦ ਤਾਂ ਗਏ ਨਕਲੀ ਵਾਲੇ, ਜੀਵ ਦਾ ਸਵਾਦ ਕਿੱਥੋਂ ਲੈ ਕੇ ਆਏਗਾ? ਸਦਾ ਬੁਢਾਪਾ ਆਇਆ, ਅੱਖਾਂ 'ਚੋਂ ਨੈਣੋ ਨੀਰ ਬਹਿ ਤਾਂ ਨਖੀਨਾ ਭਏ ਕੇਸ ਦੁਰਵਾ, ਲੈਂਸ ਪਵਾ ਲਾ, ਐਨਕਾਂ ਲਵਾ ਲਾ, ਹੰਝੂ ਕਿੱਥੋਂ ਬੰਦ ਕਰੇਗਾ, ਨਜ਼ਰ ਕਿੱਥੋਂ ਲੈ ਆਏਗਾ, ਭਾਵੇਂ ਲੇਜ਼ਰ ਖਰਾਬ ਨਹੀਂ ਕੁਛ ਹੋਣਾ, ਨਜ਼ਰੀਆ ਅਤੇ ਨਜ਼ਰ ਦੋਨੋਂ ਹੀ ਖਰਾਬ ਹੋ ਗਏ। ਗੁਰੂ ਨਾਨਕ ਸਾਹਿਬ ਕਹਿੰਦੇ ਰੱਬ ਨੂੰ ਭੁੱਲਿਆ ਸਾਰਾ ਕੁਝ ਐਸਾ ਹੁੰਦਾ ਹੈ, ਖਿਨਾਂ ਦੇ ਵਿੱਚ ਤੇਰੇ ਆਪਣੇ ਤੋਂ ਬੇਗਾਨੇ ਹੋ ਗਏ, ਸੋਹਣੇ ਸੋਹਣੇ ਕੱਪੜੇ ਪਾਉਣ ਲਈ ਹੈਗੇ ਆ ਪਰ ਲੱਤਾਂ 'ਚ ਜਾਣ ਨਹੀਂ ਤੁਰ, 36 ਪ੍ਰਕਾਰ ਦੇ ਪਦਾਰਥ ਘਰੇ ਪਏ, ਫਰੂਟ ਪਏ, ਹਰ ਚੀਜ਼ ਪਈ ਹੈ, ਡਾਕਟਰ ਕਹਿੰਦਾ ਖਾਣੀ ਹੋਈ। ਅਤੇ ਫਿਰ ਆਪਣੇ ਜਿਹੜੇ ਗੁਣ ਸੀ ਹੋਮੇ, ਉਹ ਹੋਮੇ ਦੀ ਬਦਬੂ ਇੰਨੀ ਆਉਂਦੀ ਬੁਢਾਪੇ 'ਚ ਕੋਈ ਬਾਣੀ ਨਹੀਂ ਪੁੱਛਦਾ, ਕਹਿੰਦੇ ਜਵਾਨੀ 'ਚ ਤਾਂ ਬੜੀਆਂ ਟਾਰਾਂ ਮਾਰਦਾ ਸੀ, ਮੈਨੂੰ ਕਿਸੇ ਦੀ ਲੋੜ ਨਹੀਂ, ਹੁਣ ਕਿਉਂ ਚੀਕਾਂ ਮਾਰਦਾ? ਖਿਣ ਮੈਂ ਕੌੜੇ ਹੋਏ, ਕੌੜੇ ਮਤਲਬ ਦੂਰ ਹੋ ਗਏ, ਫਿੱਕੇ ਹੋ ਗਏ, ਜਿੱਤੜੇ ਮਾਇਆ ਭੋਗ। ਮਰਦ ਕਹਿੰਦੇ ਆ ਮਾਇਆ ਕਰਕੇ ਦੁਨੀਆ ਤੇਰੀ ਬਣੀ, ਇੱਥੇ ਤੇਰਾ ਕੋਈ ਨਹੀਂ। ਬੁਢਾਪੇ ਵਿੱਚ ਆ ਕੇ ਬੰਦੇ ਕੋਲ ਮਾਇਆ ਵੀ ਹੁੰਦੀ, ਕੋਈ ਪਾਣੀ ਨਹੀਂ ਪੁੱਛਦਾ, ਸਭ ਨਾਮ ਪੁੱਛਦਾ ਕੋਈ? ਜੇ ਪੁੱਛਦੇ ਹੋਣ ਬੜੇ ਤੁਹਾਨੂੰ ਅਰਬਾਂ ਪਤੀ ਕਰੋੜਾਂ ਪਤੀ ਮਿਲ ਜਾਣਗੇ,
ना नूह पानी पुछे, ना पुत पुछे, ना भरा पुछे, ना कोई होर पुछे, कौन पुछना है? कि माया नहीं है उन्होंने? गुरु साहब कहते तेरे अपने कर्म, तेरे अपने विकार, तेरे दुश्मन बन गए। गुस्से में लोगों को दाबे मारता सी, हुण तरले करिया कोले नहीं आउंदा। हौमे च कहिंदा सी मैनूं लोड़ किसे दी नहीं, मैं अपने घरे राजा। अज तंग ते बिपता आ गई, कोई तेरे तरले मिन्नतां करिया कोले नहीं खड़ा। फिके हो गए सारे, छड गए सारे, जितड़े माया भोग। कहिंदे जग दे पदार्थ, जग दे स्वार्थ तैनूं पलां विच छड जाणगे, नाल तेरे कौण खड़ा है? वाहिगुरू खड़ा है। जे उहनूं तूं छड्डता, जिन्हां पिछे छड्डिया इन्हां तुत्या कोई नहीं। सुख माया बहुत मिल बैठ रहत चरण दे सघेरे, विपत परे सब ही संग छड़ दो आउणा की नहीं। कहिंदे जितड़े माया भोग, भोग नाम पदार्थां दा है, सब पदार्थ तैनूं भोग भोग छड जाणगे। तेरे कोल कपड़े नहीं मुकदे, पर हुण तेरी चमड़ी कस गई, झुरड़ियां पै गईआं, इह तेरे जचदे नहीं, पाए चंगे नहीं लगते। इन्हां पदार्थां ने तैनूं भोग लैणा है। विच न कोई कर सके किस थै रोवे रोज, विच न कोई कर सके किस थै रोवे रोज। कहिंदे जिंदगी च जवानी च कदे रब नहीं जपिया, ते बुढ़ापे च आके विचोले बनाई, चल बाबे अरदास कर दे, तू मेरा पाठ कर दे, तू मेरा फलाना मर्द। कहिंदे जिहदे मर्जी कोल रो, विच विचोला किसे ने नहीं बनना। जद तेरे को जवानी का समा सी, कहिंदा सी मैनू मेरे परिवार तो बिना रब की भी लोड़ नहीं। मेरा तो परिवार रब है, मेरी घरवाली रब, मेरी धी रब, मेरा पुत रब, मेरे मापे रब। उदों ते रब नूं नहीं सी सियाणदा। अज तैनू तेरे रब कहाउण वाले छड गए, कला तुरिया फिरदा है। कहिंदे किहदे कोल रोएगा? फिर किसे ने तेरा नहीं बनना, क्योंकि जद भगती का समा सी तू रब का नहीं होया। हुण उठ के नहाया नहीं जाता, हुण रब ने तैनूं की करवाउणा? जबान तेरी थथलाउंदी, तू रब दा नाम कित्थों जप लेगा? हाथ पैर तेरे सेवा नहीं कर सकते, कंबदा फिरदा है। कहिंदे रोई चल जिहदे कोल रोणा है, विचोला की करूगा जी? सारी जिंदगी बंदा पाप करे, बुढ़ापे च आके आखे बाबा जी चढ़दी कला की अरदास कर दिओ, कहिंदा जी मैं करती, कहिंदे फर्क दे पिया नहीं। हुण बाबे कोल कहिड़ा इंजैक्शन आ भी ला के तेरे फर्क पा दे? उते तेरी अपनियां करतूतां, अपने कीते कर्म ने ना। जे कर्म चंगे कीते आ ते अरदास भी फलदी है। कर्म चंगे जीवन विच कीते, सेवा सिमरन करता रहा है, ते छोटी जी कीती दुआ भी पार ला तू, सारी जिंदगी पाप करता रहा, ते मेरे वर्गा कहिंदा बाबा जी गुरमुख प्यारे ते कृपा करो। मर्द कहिंदे चंगा फिर गुरमुख हण, फिर तेरी कृपा उधर ते तू फिर जा डडे वजाउंदा खुसा नाम। बारिश कर गए ना, एक मनमुख बंदे। गुरु साहब कहिंदे किहदे कोल रोएगा? किसे ने विच थै रोवै रोज, बचोला नहीं बनना। दरगाह दा बचोला है साडा कोई? दुनियावी तौर पर असं झगड़े नबेड़ सकते, जिन्होंने मर्जी में बिठा लिए, कदे सोचिया भी दरगाह फलाने को लै जाके जाके कह दूगा महाराज छड्डो जी, ये साढ़े होते चंगे काम करता, थोड़ी गलतियां हो गई बख्श लो। किसी ने नहीं बख्शना, क्योंकि उत्थे परिवार ने नहीं जाना, मित्रां साथियां ने नहीं जाना, तेरे कर्मां ने जाना है। वो खरे बन के खड़ जाएंगे एक पास, चंगे कर्म कहते आ हो या माड़े कहते आ हो या भुगतना पैना। किस है वो है किनू रोके सुनाएगा? कीता किछु न हो वही लिखिया तुर संजोग, हे तेरे तो कीता कुछ नहीं होना, लिखिया तुर संजोग। बुढ़ापे च बंदा की कहिंदा है? 17 साल तो बाद कोई गड़बड़ हो जाए, धी पुत पानी ना पुछण, वो ये थोड़ा कहिंदा भी मैं कोट घड़ी सू, कहिंदा बस जी साढ़े कर्म ने भाई, ये तो बद कह ते कर भी कुछ नहीं सकता। सामने बोल के वेख ले डांग च की फिरदे हो? कहिंदे बापू जद तू जवानी च असी न्याणे सी, तू सानू राह नहीं सी दिंदा, अज तेरे ते भीड़ बन गई, अज तू कल्ला सानू टिकण नहीं दिंदा। बोल बाणा फिर तरीखा ही करी जांदा है, अंदरों दुखी है, रो नहीं सकदा। मर्द कहिंदे किसे ने विचोला नहीं तेरा बनना, किसे ने तेरे नाल नहीं खड़ना, पल्ले तेरे दुख रहणगे, तेरा कीता हुण कुछ नहीं होना। जदों तन तो ना तुरिया जाए, किहड़े तेनू तीर्थ तार देणगे? जद भगती का समा सी उदों ते उठिया नहीं, पहला कहिंदा सी बच्चे वड्डे हो जाण ते फिर गुरु वाला बणो, हुण कहिंदा व्याहे जाण दे व्याह भी लए, कहिंदा पोते पोतियां दोते दोतियां हो जाण फिर सही, हुण इन्हां दा व्याह आ गया, कहिंदा अजे नहीं अमृत फिर छकांगे, गुरु वाले फिर बणांगे। मर्द कहिंदे फिर तेनू रब ने भी नहीं पुछणा, जद तू रब नूं चेते नहीं कीता, उहने दा इत्थों की लैणा।
तेरे अपने भी तेरा साथ छड़नगे। बड़ भागे मेरा प्रभ मिले ता उतरे सब वियोग। बड़िया भागा वाले ने जिन्हां ने प्रभु नु अपना बना लिया कहिंदे बड़ भागी मेरा प्रभ मिले ता उतरे सब वियोग। जिन्हां ने सजन वाहिगुरु नु अपना बनाया सारे विछोड़े खत्म हो गए। लोकां दी आस नहीं रख बेपरवाह रहिंदे कदे बंदगी वाले नु परखो बैठो गोले आनंद आ जू बह के। कहिंदे फिर की है धी पुत जो मर्जी करन आसां थोड़ी ने सेवा कर लैणगे ठीक है बुला लैणगे ठीक है नहीं खुश रहणगे। पंछियां वाली जिंदगी है ना ते मायाधारी हो गए ना जी ना अगदा के तो नहीं कहना बनणगे। लोकां सामने हवा भावें अंदर वड़ के कुटदे बार बार दीआं टारां अंदरों दुखी है कला बह के पता है भी कोई नहीं पुछता यार इतने पानी घरे छड़ जाते चौकीदार मांग कहते असीं फिल्म देखने चले तू बैठ गए पोता संभाल बुलाना हो रही है ना फिर भी हम नाम नहीं जगया जाता बंदगी नहीं की जाती अंदरों लांभे दिता दुखी है जिदे को जाके दस दो जाके मुंड तेरा बापू यार तेरे बारे ही कहता वो शाम को बड़े का बाला कड़ दिता कहता हूँ बोल के विखाओ ही कहता डरता बहर नहीं निकल। अज आ हालत समाज की बनी है बजुर्ग डिप्रैशन च क्यों नहीं कि रब नहीं जगह जिहड़ा बंदगी करता होगा ना घर कला बह के भी कहता जाओ जिथे मर्जी मैनू कोई फर्क नहीं मैं रब नाल जुड़िया सेवा सिमरन चलता है जो मर्जी आए कोई चिंता नहीं क्योंकि अंदरों जुड़े हैं। गुरु साहब कहते जिदड़ तू जुड़ गया तेरे विछोड़े तेरे वैराग सारे मुक जाएंगे। नानक को प्रभ राख ले मेरे साहिब बंदे मोच। शब्द की समाप्ति करते साहब कहते नानक कौ प्रभ राख ले मेरे साहिब बंदी मोच। बंदियां कटण वाले बंदी छोड़ सच्चे पातशाह रख लै सानू रखू की नू जिहड़ा कहिंदा सी मैं तेरा रब्बा मेरा कोई नहीं तेरे बिना जिन्हें ये मन्या सी अंदर उन्हू रख लै ते जिहड़ा सारी जिंदगी कही गया मेरे फलाने माया रब ने उन्हू की लैणा क्योंकि वो अंदर नास्तिकता तो होमे की इन्नी मैल जमी है गुरु को बैठ ही नहीं सकता कदे सेक निकलता पैरों वो सतगुर की सुनी नहीं सकता क्योंकि अपनी जबान तो बोलन तो वेल नहीं। महाराज कहते पातशाह कृपा करके रख लै सानू क्योंकि तैथों बिना कोई बंधन नहीं कट सकता। दुनिया के मायकी पदार्थ बंधन पाते जग बिच अड़जाते साधु दी संगत गुरु की संगत हो जीवन जुड़ जाए गुरु दे नाल कहिंदे सारियां सोचां सारे विकार होमे हंकार अंदरों नाश हो जांदे बिनसै सबै सोच। जिहदे अंदर विकार ने मर्द लिखते हैं जिन्हें अंतर कपट विकार है तिना रोए क्या कीजे रोया की होना है हर करता सब पिछ जानदा सिर हाथ कर दीजे कहिंदे वह करता सब दे दिलां दीआं जानदा है सब दे अंदर दी जानदा है। बंदिया जे तेरे अंदर कपट है तेरे अंदर विकार है तू मत्था भी रब नू टेकी जाना ते मत्था भी लाई फिर अज साडी हालत यही है असी रब रब भी करते हैं ते रब दी उंगलां भी चक्की जांदे आ ये हाल की है सलाम जवाब दोवे करे हुंदो गुरु साहब कहते कत्तक के महीने जिन्हें साधुओं की संगत सत संग की अंदरों माड़ी सोच कट्टी जाती चंगे कर्म करते हैं उन्हों का फिर कत्तक का महीना सफला होंगे क्योंकि अंदरों बंदगी करते हर उम्र करते हर वेले करते जिस सज्जन ने जन्म दिता जोड़ा अज भी नाल है वह अंत वेले भी नाल होएगा। वाहे गुरु